ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਵਿੰਦਰ ਸਿੰਘ ਸਿੰਦੂਰ ਜਾਨਾ ਲੋਕਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੋਕਮਾਂ ਸੱਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੇ ਸਬੰਧ ਦੇ ਵਿੱਚ ਕਰਾਂਗੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਦੇ ਬਾਰੇ ਜੇਲ੍ਹ ਚੋਂ ਹੀ ਵੱਡੀ ਖਬਰ ਆਈ ਹੈ ਕੀ ਉਹ ਖਬਰ ਹੈ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨਵਜੋਤ ਸਿੰਘ ਸਿੱਧੂ ਦੇ ਚਾਹਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਤੇ ਉਹਨਾਂ ਦੇ ਧੜੇ ਦੇ ਲਈ ਵੱਡੀ ਰਾਹਤ ਵਾਲੀ ਖਬਰ ਹੈ ਇਹ ਕੀ ਖਬਰ ਹੈ ਵਿਸਤਾਰ ਪੂਰਵਕ ਇਹ ਤੇ ਚਰਚਾ ਕਰਾਂਗੇ ਨਾਲ ਹੀ ਨਾਲ ਜਿਹੜੀ ਗੱਲ ਅਗਲੀ ਕੁਮਰ ਵਿਜੇ ਪ੍ਰਤਾਪ ਦੇ ਸਬੰਧ ਵਿੱਚ ਕਰਾਂਗੇ ਕਿ ਕੁਮਰ ਵਿਜੇ ਪ੍ਰਤਾਪ ਕੱਲ ਵੱਡਾ ਸਟੈਂਡ ਲੈ ਸਕਦੇ ਨੇ ਕੱਲ ਆਵਾਦੀ ਪਾਰਟੀ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵਧਾ ਸਕਦੇ ਨੇ ਕੀ ਉਹ ਮੁਸ਼ਕਲਾਂ ਨੇ ਉਸਤੇ ਗੱਲਬਾਤ ਕਰਾਂਗੇ ਕੱਲ ਕੀ ਕੁਝ ਕਰਨ ਜਾ ਰਹੇ ਨੇ ਕੁਮਰ ਵਿਜੇ ਪ੍ਰਤਾਪ ਉਹ ਜਿਹੜਾ ਤੁਹਾਨੂੰ ਪੂਰਨ ਉਸ ਖਬਰ ਤੋਂ ਜਾਣੂ ਜਿਹੜਾ ਉਹ ਕਰਵਾਵਾਂਗੇ ਤਾਂ ਅਗਲੀ ਖਬਰ ਇਹ ਹੈ ਕਿ ਭਗਵੰਤ ਮਾਨ ਨੇ ਪੰਜਾਬ ਦੇ ਬਾਰੇ ਅਜਿਹਾ ਅਜੀਬੋ-ਗਰੀਬ ਬਿਆਨ ਦੇ ਦਿੱਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਉਂਗੇ ਕਿ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਪੰਜਾਬ ਦੀਆਂ ਤਰੀਫਾਂ ਕਰਦਾ ਨਹੀਂ ਸੀ ਥੱਕਦਾ ਹੁੰਦਾ ਪੰਜਾਬ ਦੇ ਹੱਕ ਦੇ ਵਿੱਚ ਬੋਲਦਾ ਨਹੀਂ ਸੀ ਥੱਕਦਾ ਹੁੰਦਾ ਕਿਵੇਂ ਭਗਵੰਤ ਮਾਨ ਬਦਲ ਗਏ ਨੇ ਉਸਤੇ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲੀ ਖਬਰ ਭਗਵੰਤ ਮਾਨ ਦੇ ਬਿਆਨ ਬਾਰੇ ਹੀ ਲੈ ਲੈਨੇ ਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਬਜਟ ਚਰ ਬਜਟ ਸੈਸ਼ਨ ਜਿਹੜਾ ਚੱਲ ਰਿਹਾ ਅੱਜ ਉਹਦਾ ਪਹਿਲਾ ਦਿਨ ਸੀ ਜਦ ਤੱਕ ਸਾਡਾ ਇਹ ਪ੍ਰੋਗਰਾਮ ਹੋ ਰਿਹਾ ਹੈ ਰਿਕਾਰਡ ਹੋ ਰਿਹਾ ਉਦੋਂ ਤੱਕ ਵਿਧਾਨ ਸਭਾ ਦਾ ਸੈਸ਼ਨ ਹਾਲੇ ਵੀ ਜਿਹੜਾ ਉਹ ਚੱਲ ਰਿਹਾ ਹਾਲਾਂਕਿ ਜਦੋਂ ਤੱਕ ਇਹ ਪ੍ਰੋਗਰਾਮ ਸ਼ਾਇਦ ਪਬਲਿਸ਼ ਹੋ ਉਦੋਂ ਤੱਕ ਸ਼ਾਇਦ ਉਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਖਤਮ ਹੋ ਚੁੱਕਿਆ ਹੋਵੇ ਤੇ ਪ੍ਰਾਈਮ ਮੁੱਦਾ ਜਿਹੜਾ ਪ੍ਰੋਗਰਾਮ ਸਾਡਾ ਉਹਦੇ ਵਿੱਚ ਅਸੀਂ ਨਚੋੜ ਅੱਜ ਦੇ ਪੂਰੇ ਦਿਨ ਦੇ ਵਿਧਾਨ ਸਭਾ ਦੇ ਸੈਸ਼ਨ ਦਾ ਤੁਹਾਨੂੰ ਅਸੀਂ ਦੱਸਾਂਗੇ ਪਰ ਹੁਣ ਤੱਕ ਕੀ ਬੀਤਿਆ ਉਹਦੇ ਵਿੱਚ ਤੁਹਾਨੂੰ ਅਹਿਮ ਜਿਹੜੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਦੱਸ ਦਿੰਨਾ ਕਿ ਅੱਜ ਬਜਟ ਸੈਸ਼ਨ ਦਾ ਪਹਿਲਾ ਦਿਨ ਸੀ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਜਿਹੜੇ ਆ ਉਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਉੱਠ ਕੇ ਬੋਲਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਸਰਕਾਰ ਨੂੰ ਅਤੇ ਉਹਨਾਂ ਦੇ ਸਿੱਖਿਆ ਮੰਤਰੀ ਨੂੰ ਇਹ ਗੱਲ ਕਹੀ ਕਿ ਭਾਈ ਨੈਸ਼ਨਲ ਅਚੀਵਮੈਂਟ ਸਰਵੇ ਜਿਹੜਾ ਕੇਂਦਰ ਦੇ ਵੱਲੋਂ ਕਰਵਾਇਆ ਗਿਆ ਏਜੰਸੀਆਂ ਦੇ ਵੱਲੋਂ ਜਿਹੜਾ ਉਹ ਕੀਤਾ ਗਿਆ ਉਹਦੇ ਵਿੱਚ ਸਾਡੇ ਪੰਜਾਬ ਦੀ ਸਿੱਖਿਆ ਜਿਹੜੀ ਹੈ ਸਾਡੇ ਪੰਜਾਬ ਦੇ ਸਕੂਲ ਜਿਹੜੇ ਆ ਉਹ ਪਹਿਲੇ ਨੰਬਰ ਤੇ ਆਏ ਨੇ ਤੇ ਤੁਹਾਨੂੰ ਇਸ ਚੀਜ਼ ਨੂੰ ਕਬੂਲਣਾ ਚਾਹੀਦਾ ਹੈ ਇਸ ਚੀਜ਼ ਨੂੰ ਸਲਾਉਣਾ ਚਾਹੀਦਾ ਹੈ ਪੰਜਾਬ ਦੇ ਅਧਿਆਪਕਾਂ ਦਾ ਤੁਹਾਨੂੰ ਜਿਹੜਾ ਉਹ ਮਾਣ ਵਧਾਉਣਾ ਚਾਹੀਦਾ ਹੈ ਉਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਇਹ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਕਹੀ ਤਾਂ ਉਹਨਾਂ ਨੇ ਇਹ ਵੀ ਗੱਲ ਜਿਹੜੀ ਨਾਲ ਕਹੀ ਕਿ ਹੋ ਸਕਦਾ ਹੈ ਕਿ ਤੁਸੀਂ ਇਸ ਚੀਜ਼ ਨੂੰ ਐਕਸੈਪਟ ਨਾ ਕਰੋ ਕਿਉਂਕਿ ਜਿਸ ਤਰੀਕੇ ਦੇ ਨਾਲ ਆਵਾਦੀ ਪਾਰਟੀ ਪੰਜਾਬ ਜਿਹੜੀ ਆ ਉਹ ਚਾਹੁੰਦੀ ਸੀਗੀ ਕਿ ਦਿੱਲੀ ਦਾ ਮਾਡਲ ਪਹਿਲੇ ਨੰਬਰ ਤੇ ਆਵੇ ਪਰ ਦਿੱਲੀ ਦਾ ਮਾਡਲ ਪਹਿਲੇ ਨੰਬਰ ਤੇ ਆਇਆ ਨਹੀਂ ਤੇ ਸ਼ਾਇਦ ਇਸੇ ਲਈ ਤੁਸੀਂ ਇਹਨੂੰ ਐਕਸੈਪਟ ਨਾ ਕਰ ਰਹੇ ਹੋ ਇਹ ਜਿਹੜੀਆਂ ਗੱਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਈਆਂ ਤਾਂ ਦੂਜੇ ਪਾਸੇ ਭਗਵੰਤ ਸਿੰਘ ਮਾਨ ਹੋਰਾਂ ਦਾ ਜਿਹੜਾ ਬਿਆਨ ਆਇਆ ਉਹ ਉਸ ਤੋਂ ਵੀ ਅਜੀਬੋ ਗਰੀਬ ਸੀਗਾ ਭਗਵੰਤ ਸਿੰਘ ਮਾਨ ਹੋਣੀ ਕਹਿੰਦੇ ਕਿ ਪੰਜਾਬ ਦੇ ਜਿਹੜੇ ਸਕੂਲ ਆ ਉਹ ਸਿਰਫ ਬਾਹਰੋਂ ਉਹਨਾਂ ਤੇ ਪੇਂਟ ਕੀਤਾ ਹੋਇਆ ਅੰਦਰੋਂ ਉਹਨਾਂ ਦੇ ਕੋਲ ਕੋਈ ਉੱਥੇ ਇਨਫਰਾਸਟ੍ਰਕਚਰ ਹੈ ਨਹੀਂਗਾ ਤੇ ਇਹ ਕਹਿੰਦੇ ਬਾਹਰੋਂ ਪੇਂਟ ਕਰਾ ਕੇ ਜਿਹੜੇ ਸਮਾਰਟ ਸਕੂਲ ਨਹੀਂ ਬਣ ਸਕਦੇ ਬਾਹਰੋਂ ਪੇਂਟ ਕਰਕੇ ਸਮਾਰਟ ਸਕੂਲ ਕਹਿੰਦੇ ਜਿਹੜੇ ਉਹ ਨਹੀਂ ਬਣ ਸਕਦੇ ਜਿਹੜੇ ਪੰਜਾਬ ਦੇ ਸਕੂਲ ਕਹਿੰਦੇ ਨੰਬਰ 1 ਆਏ ਨੇ ਉਹ ਝਾਲੀ ਤੌਰ ਤੇ ਨੰਬਰ 1 ਆਏ ਨੇ ਇਸ ਤਰੀਕੇ ਦੇ ਨਾਲ ਨਹੀਂ ਮੰਨਿਆ ਜਾ ਸਕਦਾ ਯਾਨੀ ਕਿ ਕੇਂਦਰ ਦਾ ਅਚੀਵਮੈਂਟ ਸਰਵੇ ਜਿਹੜਾ ਉਹ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਨੂੰ ਇੱਕ ਨੰਬਰ ਦੱਸਦਾ ਹੈ ਪਰ ਸਾਡੇ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਖੁਦ ਇਹ ਗੱਲ ਕਹਿ ਰਹੀ ਹੈ ਕਿ ਉਹ ਝਾਲੀ ਹੈ ਇਹ ਕਿਵੇਂ ਕਹਿ ਰਹੇ ਨੇ ਇਹ ਸਮਝ ਨਹੀਂ ਆ ਰਹੀ ਇੱਕ ਪਾਸੇ ਉਹ ਕੇਂਦਰ ਜਿਹੜਾ ਕਹਿੰਦਾ ਜਿਹਦੇ ਤੇ ਅਸੀਂ ਲਗਾਤਾਰ ਪੰਜਾਬ ਦੇ ਲੋਕੀ ਇਲਜ਼ਾਮ ਲਾਉਂਦੇ ਆ ਕਿ ਸਾਡੀ ਜਵਾਨੀ ਨੂੰ ਗੁਮਰਾਹ ਕੀਤਾ ਜਾ ਰਿਹਾ ਸਾਡੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਸਾਡੀਆਂ ਨਸਲਾਂ ਖਤਮ ਕੀਤੀਆਂ ਜਾ ਰਹੀਆਂ ਜਿਹੜਾ ਕੇਂਦਰ ਸਾਡੇ ਪੰਜਾਬ ਦੇ ਨਾਲ ਵਿਤਕਰਾ ਜਿਹੜਾ ਉਹ ਕਰ ਰਿਹਾ ਇੱਕ ਪਾਸੇ ਅਜਿਹਾ ਸੀ ਉਹਨਾਂ ਤੇ ਇਲਜ਼ਾਮ ਲਾਉਂਦੇ ਆ ਤੇ ਦੂਜੇ ਪਾਸੇ ਜਦੋਂ ਸਾਡੇ ਸਿੱਖਿਆ ਦੇ ਮਾਡਲ ਨੂੰ ਉਹਨਾਂ ਨੇ ਦੇਖਿਆ ਪਰਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਪੂਰੇ ਦੇਸ਼ ਦੇ ਮਾਡਲ ਨੂੰ ਸਿੱਖਿਆ ਪਰਖਿਆ ਦੇਖਿਆ ਪਰਖਿਆ ਤਾਂ ਸਾਡੇ ਪੰਜਾਬ ਨੂੰ ਉਹਨਾਂ ਨੇ ਇੱਕ ਨੰਬਰ ਦਾ ਦਰਜਾ ਦਿੱਤਾ ਤੇ ਜਦੋਂ ਉਹਨਾਂ ਨੇ ਸਾਨੂੰ ਇੱਕ ਨੰਬਰ ਦਾ ਦਰਜਾ ਦਿੱਤਾ ਤੇ ਅਸੀਂ ਉਹਨਾਂ ਨੂੰ ਹੀ ਇਹ ਗੱਲ ਕਹਿ ਰਹੇ ਹਾਂ ਕਿ ਨਹੀਂ ਭਾਈ ਤੁਸੀਂ ਤਾਂ ਸਾਡੇ ਪੰਜਾਬ ਨੂੰ ਜਾਣ ਬੁੱਝ ਕੇ ਜਿਹੜਾ ਕਹਿਤਾ ਕਿ ਤੁਸੀਂ ਪਹਿਲੇ ਨੰਬਰ ਤੇ ਹੋ ਅਸੀਂ ਤਾਂ ਪਹਿਲੇ ਨੰਬਰ ਤੇ ਹੈ ਹੀ ਨਹੀਂ ਪਰ ਗੱਲ ਇਹ ਹੈ ਕਿ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਸਹੀ ਹੈ ਕਿ ਭਗਵੰਤ ਸਿੰਘ ਮਾਨ ਜਿਹੜੇ ਆ ਚਾਹੁੰਦੇ ਸੀਗੇ ਕਿ ਦਿੱਲੀ ਦੇ ਮਾਡਲ ਨੂੰ ਉਹ ਜਿਸ ਤਰੀਕੇ ਨਾਲ ਉਭਾਰ ਰਹੇ ਸੀਗੇ ਦਿੱਲੀ 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 ਕਰ ਰਹੇ ਸੀ ਜਿਸ ਤਰੀਕੇ ਦੇ ਨਾਲ ਜੇ ਉਹ ਪਹਿਲੇ ਨੰਬਰ ਤੇ ਆਇਆ ਹੁੰਦਾ ਤਾਂ ਸ਼ਾਇਦ ਭਗਵੰਤ ਸਿੰਘ ਮਾਨ ਹੋਰਾਂ ਨੂੰ ਜਿਹੜਾ ਉਹ ਅਚੀਵਮੈਂਟ ਸਰਵੇ ਸਹੀ ਲੱਗਣਾ ਸੀਗਾ ਨੈਸ਼ਨਲ ਅਚੀਵਮੈਂਟ ਸਰਵੇ ਜਿਹੜਾ ਉਹ ਸਹੀ ਲੱਗਣਾ ਸੀ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਅਧਿਆਪਕ ਨੇ ਪੰਜਾਬ ਦੇ ਉਹਨਾਂ ਦਾ ਹੌਸਲਾ ਵਧਾਇਆ ਜਾਂਦਾ ਪੰਜਾਬ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਹੌਸਲਾ ਵਧਾਇਆ ਜਾਂਦਾ ਕਿ ਭਾਈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਠੀਕ ਹੈ ਮੈਂ ਨਹੀਂ ਇਹ ਗੱਲ ਕਹਿੰਦਾ ਕਿ ਸਾਡੇ ਪੰਜਾਬ ਦਾ ਸਿੱਖਿਆ ਮਾਡਲ ਜਿਹੜਾ ਉਹ ਬਹੁਤ ਚੰਗਾ ਹੈਗਾ ਮੈਂ ਐਜ਼ ਅ ਪੱਤਰਕਾਰ ਇਹ ਨਹੀਂ ਕਬੂਲਦਾ ਕਿ ਪੰਜਾਬ ਦੇ ਸਿੱਖਿਆ ਦਾ ਜਿਹੜਾ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਆ ਜਿਹੜਾ ਸਾਡਾ ਉਹ ਬਹੁਤ ਚੰਗਾ ਨਹੀਂ ਹੈਗਾ ਬਹੁਤ ਜ਼ਿਆਦਾ ਖਾਮੀਆਂ ਉਹਦੇ ਵਿੱਚ ਹੈਗੀਆਂ ਨੇ ਬਹੁਤ سارے ਸਕੂਲਾਂ ਦੇ ਵਿੱਚ ਟੀਚਰ ਹੀ ਹੈ ਨਹੀਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਸੁੱਖ ਸਹੂਲਤਾਂ ਨਹੀਂ ਹੈਗੀਆਂ ਇਹ ਗੱਲ ਅਸੀਂ ਕਬੂਲਦੇ ਆਂ ਪਰ ਫਿਰ ਵੀ ਇਸੇ ਇੰਨਾ ਕਮੀਆਂ ਦੇ ਹੋਣ ਦੇ ਬਾਵਜੂਦ ਵੀ ਸਾਡੇ ਸਕੂਲਾਂ ਦਾ ਇਸ ਤਰੀਕੇ ਦੇ ਨਾਲ ਪਹਿਲੇ ਨੰਬਰ ਤੇ ਆਉਣਾ ਜਿਹੜਾ ਉਹ ਸਲਾਹਣ ਜਾਊਗਾ ਚਾਹੀਦਾ ਤਾਂ ਇਹ ਸੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਲੱਖ ਖਾਮੀਆਂ ਹੋਣ ਦੇ ਬਾਵਜੂਦ ਕਿਉਂਕਿ ਸਕੂਲਾਂ ਦੇ ਵਿੱਚ ਖਾਮੀਆਂ ਹੋਣਾ ਨਾ ਤਾਂ ਅਧਿਆਪਕਾਂ ਦਾ ਕਸੂਰ ਹੈ ਤੇ ਨਾ ਹੀ ਉਥੇ ਗਰੀਬ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਦਾ ਕਸੂਰ ਹੈ ਜੇ ਫੇਲਿਅਰ ਹੋਇਆ ਤਾਂ ਉਹ ਸਰਕਾਰਾਂ ਦਾ ਹੋਇਆ ਚਾਹੀਦਾ ਤਾਂ ਭਗਵੰਤ ਸਿੰਘ ਮਾਨ ਹੋਰਾਂ ਨੂੰ ਇਹ ਸੀਗਾ ਕਿ ਉਹ ਅਧਿਆਪਕਾਂ ਦਾ ਹੌਸਲਾ ਵਧਾਉਂਦੇ ਸਟੂਡੈਂਟਾਂ ਦਾ ਹੌਸਲਾ ਵਧਾਉਂਦੇ ਕਿ ਦੇਖ ਲਓ ਭਾਈ ਲੱਖ ਖਾਮੀਆਂ ਦੇ ਹੋਣ ਦੇ ਬਾਵਜੂਦ ਸਾਡੀਆਂ ਸਰਕਾਰਾਂ ਦੇ ਫੇਲ ਹੋਣ ਦੇ ਬਾਵਜੂਦ ਤੁਸੀਂ ਇੰਨਾ ਵਧੀਆ ਕੰਮ ਕੀਤਾ ਕਿ ਪੰਜਾਬ ਦਾ ਜਿਹੜਾ ਸਿੱਖਿਆ ਦਾ ਮਾਡਲ ਹੈ ਉਹ ਪਹਿਲੇ ਨੰਬਰ ਤੇ ਗਿਆ ਪੂਰੇ ਦੇਸ਼ ਦੇ ਵਿੱਚੋਂ ਹੁਣ ਤੁਹਾਨੂੰ ਅਸੀਂ ਉਹ ਜਿਹੜੀਆਂ ਖਾਮੀਆਂ ਨੇ ਉਹ ਦੂਰ ਕਰਕੇ ਦੇਾਂਗੇ ਔਰ ਸਾਨੂੰ ਇਸ ਤੋਂ ਵੀ ਵਧੀਆ ਰਿਜ਼ਲਟ ਜਿਹੜਾ ਉਹ ਚਾਹੀਦਾ ਹੈ ਚਾਹੀਦਾ ਤਾਂ ਇਹ ਸੀ ਪਰ ਭਗਵੰਤ ਸਿੰਘ ਮਾਨ ਹੋਰੀ ਮੇਰੇ ਖਿਆਲ ਚ ਇਹ ਚਾਹੁੰਦੇ ਸੀ ਕਿ ਦਿੱਲੀ ਵਾਲਾ ਮਾਡਲ ਆ ਜਿਹੜਾ ਉਹ ਪਹਿਲੇ ਨੰਬਰ ਤੇ ਆਉਂਦਾ ਪੰਜਾਬ ਦਾ ਮਾਡਲ ਜਿਹੜਾ ਇਹ ਬਾਅਦ ਚ ਆਉਂਦਾ ਭਗਵੰਤ ਸਿੰਘ ਮਾਨ ਜੀ ਤੁਹਾਡੇ ਤੋਂ ਪੰਜਾਬ ਦੇ ਲੋਕ ਇਹ ਆਸ ਨਹੀਂ ਰੱਖ ਰਹੇ ਠੀਕ ਆ ਜਿਹੜੀ ਗੱਲ ਜਿੱਥੇ ਗਲਤ ਹੈ ਉਹਨੂੰ ਗਲਤ ਕਹੋ ਜਿਹੜੀ ਗੱਲ ਸਹੀ ਆ ਉਹਨੂੰ ਤੁਸੀਂ ਸਹੀ ਕਹੋ ਮੈਂ ਨਹੀਂ ਕਹਿੰਦਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਸਿੱਖਿਆ ਮਾਡਲ ਤੇ ਬਹੁਤ ਚੰਗਾ ਕੰਮ ਕੀਤਾ ਇਹ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਅੱਗੇ ਲਿਜਾਣ ਦੇ ਲਈ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਬਹੁਤ ਖਾਮੀਆਂ ਨੇ ਪਰ ਮੈਂ ਤਾਂ ਇਹ ਕਹਿ ਰਿਹਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਅਧਿਆਪਕਾਂ ਨੇ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਸਟੂਡੈਂਟਾਂ ਨੇ ਜਿਸ ਤਰੀਕੇ ਨਾਲ ਮਿਹਨਤ ਕਰਕੇ ਇਹ ਟੀਚਾ ਜਿਹੜਾ ਹਾਸਲ ਕੀਤਾ ਸੀ ਇਹਨੂੰ ਤੁਸੀਂ ਜਾਲੀ ਜਿਹੜਾ ਕਿਹਾ ਇਹ ਭਗਵੰਤ ਮਾਨ ਜੀ ਪੰਜਾਬ ਦੇ ਹੱਕ ਦੇ ਵਿੱਚ ਖੜਨ ਦੀ ਨਿਸ਼ਾਨੀ ਜਿਹੜੀ ਉਹ ਹੈ ਨਹੀਂਗੀ ਠੀਕ ਆ ਗਲਤ ਨੂੰ ਗਲਤ ਕਹਿਣਾ ਚਾਹੀਦਾ ਸਹੀ ਨੂੰ ਸਹੀ ਕਹਿਣਾ ਚਾਹੀਦਾ ਪਰ ਕਬੂਤਰ ਵਾਂਗੂ ਅੱਖਾਂ ਮੀਚ ਲੈਣੀਆਂ ਸਿਰਫ ਦਿੱਲੀ ਦਿੱਲੀ ਹੀ ਦੇਖਣੀ ਮੈਨੂੰ ਇਹ ਗੱਲ ਦੱਸ ਦਿਓ ਕਿ ਤੁਸੀਂ ਇਲਜ਼ਾਮ ਲਾਉਂਦੇ ਹੁੰਦੇ ਸੀਗੇ ਕਿ ਭਾਈ ਇਹ ਦਿੱਲੀ ਵਾਲਿਆਂ ਦੇ ਆ ਇਹ ਦਿੱਲੀ ਵਾਲਾਂ ਤੋਂ ਪੁੱਛੇ ਬਿਨਾ ਕੁਝ ਕਰਦੇ ਨਹੀਂਗੇ ਇਹ ਤੀਜੇ ਦਿਨ ਦਿੱਲੀ ਚਲ ਜਾਂਦੇ ਆ ਚਰਨਜੀਤ ਸਿੰਘ ਚੰਨੀ ਇਹਨਾਂ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਪਰ ਤੁਸੀਂ ਤੁਸੀਂ ਤਾਂ ਮਾਨ ਸਾਹਿਬ ਉਹਨਾਂ ਤੋਂ ਵੀ ਪਿੱਛੇ ਜਿਹੜੇ ਉਹ ਚਲੇ ਗਏ ਆ ਕਮ ਸੇ ਕਮ ਉਹ ਜਿਹੜੇ ਪੰਜਾਬ ਦੀ ਕੋਈ ਗੱਲ ਸੀ ਉਹਨੂੰ ਚੰਗੀ ਤਾਂ ਕਹਿ ਦਿੰਦੇ ਸੀ ਹੋ ਸਕਦਾ ਕਿ ਉਸ ਚੰਗੀ ਗੱਲ ਦੇ ਪਿੱਛੇ ਉਹਨਾਂ ਦਾ ਕੋਈ ਹੱਥ ਨਹੀਂ ਸੀ ਪਰ ਫਿਰ ਵੀ ਉਸ ਚੰਗੀ ਗੱਲ ਦੇ ਉੱਪਰ ਉਹ ਜਿਹੜੇ ਆ ਉਹ ਕਹਿ ਦਿੰਦੇ ਸੀ ਕਿ ਹਾਂ ਭਾਈ ਇਹ ਪੰਜਾਬ ਦੀ ਚੰਗੀ ਗੱਲ ਹੈ ਪਰ ਤੁਸੀਂ ਤਾਂ ਦਿੱਲੀ ਵਾਲਿਆਂ ਨੂੰ ਸਹੀ ਇੱਜ਼ਤ ਦਿਖਾਉਣ ਦੇ ਲਈ ਪੰਜਾਬ ਦੇ ਸਹੀ ਹੋਏ ਹੋਏ ਨੂੰ ਵੀ ਗਲਤ ਜਿਹੜਾ ਉਹ ਠਹਿਰਾ ਰਹੇ ਹੋ ਮਾਨ ਸਾਹਿਬ ਇਹ ਪੰਜਾਬ ਦੇ ਹੱਕ ਦੇ ਵਿੱਚ ਖੜਨ ਵਾਲੀ ਗੱਲ ਜਿਹੜੀ ਉਹ ਲੱਗ ਨਹੀਂ ਰਹੀ ਇਸ ਕਰਕੇ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਕਹੋ ਜਿਹੜੀ ਗੱਲ ਗਲਤ ਹੈ ਉਹਨੂੰ ਗਲਤ ਕਹੋ ਤੁਹਾਨੂੰ ਪੰਜਾਬ ਦੇ ਸਟੂਡੈਂਟਾਂ ਦਾ ਪੰਜਾਬ ਦੇ ਟੀਚਰਾਂ ਦਾ ਜਿਹੜਾ ਹੌਸਲਾ ਵਧਾਉਣਾ ਚਾਹੀਦਾ ਇਸ ਤਰੀਕੇ ਦੇ ਨਾਲ ਉਹਨਾਂ ਦਾ ਹੌਸਲੇ ਪਸਤ ਨਹੀਂ ਕਰਨੇ ਚਾਹੀਦੇ ਕਿ ਸਾਰਾ ਦੇਸ਼ ਸਾਡੇ ਅਧਿਆਪਕਾਂ ਦਾ ਸਾਡੇ ਸਟੂਡੈਂਟਾਂ ਦਾ ਲੋਹਾ ਮੰਨ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਜਾਲੀ ਤੱਕ ਕਹਿ ਰਹੇ ਹੋ ਇਹ ਜਿਹੜੀਆਂ ਗੱਲਾਂ ਮਾਨ ਸਾਹਿਬ ਤੁਹਾਡੇ ਮੂੰਹੋਂ ਜਿਹੜੀਆਂ ਉਹ ਫੱਬਦੀਆਂ ਨਹੀਂ ਜੱਤਦੀਆਂ ਨਹੀਂ ਤੁਹਾਨੂੰ ਜਿਹੜਾ ਆਪਣੇ ਇਸ ਬਿਆਨ ਦੇ ਉੱਪਰ ਜ਼ਰੂਰ ਵਿਚਾਰ ਜਿਹੜਾ ਉਹ ਕਰਨਾ ਚਾਹੀਦਾ ਹੈ ਜ਼ਰੂਰੀ ਨਹੀਂ ਕਿ ਤੁਸੀਂ ਇਹੀ ਗੱਲ ਤੇ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਸਹੀ ਮੰਨੋ ਕਿ ਜੇ ਉਹ ਦਿੱਲੀ ਵਾਲੇ ਮਾਡਲ ਨੂੰ ਸਹੀ ਕਰ ਲੈਂਦੇ ਮੈਂ ਫੇਰ ਇੱਕ ਵਾਰੀ ਦੁਹਰਾ ਰਿਹਾ ਆਂ ਆਪਦੀ ਗੱਲ ਕਿ ਅਸੀਂ ਨਹੀਂ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਦੇ ਉੱਪਰ ਬਹੁਤ ਚੰਗਾ ਕੰਮ ਕੀਤਾ ਬਹੁਤ ਜ਼ਿਆਦਾ ਕੰਮ ਕੀਤਾ ਇਹ ਵੀ ਨਹੀਂ ਅਸੀਂ ਕਹਿੰਦੇ ਪਰ ਹਾਂ ਬਹੁਤ ਕਮੀਆਂ ਹੋਣ ਦੇ ਬਾਵਜੂਦ ਲੱਖ ਕਮੀਆਂ ਹੋਣ ਦੇ ਬਾਵਜੂਦ ਸਰਕਾਰਾਂ ਦਾ ਸਿੱਖਿਆ ਦੇ ਮਾਡਲ ਤੇ ਫੇਲ ਹੋਣ ਦੇ ਬਾਵਜੂਦ ਸਾਡੇ ਅਧਿਆਪਕਾਂ ਤੇ ਸਟੂਡੈਂਟਾਂ ਦੀ ਮਿਹਨਤ ਦੇ ਸਦਕਾ ਉਹ ਜਿਹੜਾ 1 ਨੰਬਰ ਆਇਆ ਸੀਗਾ ਤੇ ਤੁਸੀਂ ਉਸ ਇੱਕ ਨੰਬਰ ਨੂੰ ਜਾਲੀ ਕਰਾਰ ਦੇ ਰਹੇ ਹੋ ਪੰਜਾਬ ਦੇ ਉਸ ਮਾਡਲ ਨੂੰ ਜਾਲੀ ਕਰਾਰ ਦੇ ਰਹੇ ਹੋ ਉਹ ਜਿਹੜਾ ਕਿਸੇ ਦੇ ਜਿਹੜਾ ਜ਼ਹਿਨ ਦੇ ਵਿੱਚ ਨਹੀਂ ਇਸ ਚੀਜ਼ ਨੂੰ ਹਾਜਮ ਨਹੀਂ ਹੋ ਸਕਦਾ ਪਰ ਮੈਂ ਫੇਰ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਇਸ ਬਿਆਨ ਦੇ ਉੱਪਰ ਜਿਹੜਾ ਵਿਚਾਰ ਜ਼ਰੂਰ ਕਰੋ ਔਰ ਅਗਲੀ ਖਬਰ ਦੀ ਜੇ ਮੈਂ ਗੱਲਬਾਤ ਕਰ ਲਵਾਂ ਅਗਲੀ ਖਬਰ ਜਿਹੜੀ ਆ ਉਹ ਕੁਮਰ ਵਿਜੇ ਪ੍ਰਤਾਪ ਨੂੰ ਲੈ ਕੇ ਆ ਅਸੀਂ ਤੁਹਾਨੂੰ ਦੱਸਦੇ ਰਿਹਾ ਕਿ ਕੁਮਰ ਵਿਜੇ ਪ੍ਰਤਾਪ ਜਿਹੜੇ ਆ ਉਹ ਹੁਣ ਇਸਦਾਂ ਕਰਨਗੇ ਇਦਾਂ ਕਰਨਗੇ ਔਰ ਪਿਛਲੇ ਕੁਝ ਦਿਨਾਂ ਦੇ ਵਿੱਚ ਉਹ ਚੀਜ਼ਾਂ ਜ਼ਰੂਰ ਵਾਪਰੀਆਂ ਨੇ ਹਾਲਾਂਕਿ ਬਹੁਤ ਸਾਰੇ ਦਰਸ਼ਕ ਸ਼ਾਇਦ ਮੰਨਣ ਨੂੰ ਤਿਆਰ ਨਹੀਂ ਸੀ ਕੁਝ ਭਗਤ ਹੁੰਦੇ ਆ ਕੁਝ ਦਰਸ਼ਕ ਹੁੰਦੇ ਆ ਇਹਨਾਂ ਦੋ ਚੀਜ਼ਾਂ ਦੇ ਵਿੱਚ ਫਰਕ ਹੁੰਦਾ ਤਾਂ ਲੋਕ ਜਿਹੜੇ ਕੁਝ ਉਹ ਮੰਨਣ ਨੂੰ ਤਿਆਰ ਨਹੀਂ ਸੀ ਤੇ ਪਰ ਜਦੋਂ ਉਹ ਗੱਲਾਂ ਅੱਗੇ ਆਈਆਂ ਤੇ ਫਿਰ ਉਹਨਾਂ ਲੋਕਾਂ ਦੇ ਵੀ ਮੂੰਹ ਬੰਦ ਹੋ ਗਏ ਜਿਹੜੇ ਸਾਡੀ ਖਬਰ ਦੇ ਉੱਪਰ ਵੀ ਕਿੰਤੂ ਪ੍ਰੰਤੂ ਜਿਹੜੇ ਉਹ ਕਰਦੇ ਸੀ ਤਾ ਅੱਜ ਕੁਮਰ ਵਿਜੇ ਪ੍ਰਤਾਪ ਨੇ ਆਪਣਾ ਸਵਾਲ ਸਪੀਕਰ ਨੂੰ ਨੋਟ ਕਰਵਾਇਆ ਤੁਹਾਨੂੰ ਚੇਤਾ ਹੋਊਗਾ ਕਿ ਪਿਛਲੀ ਵਿਧਾਨ ਸਭਾ ਦੇ ਅੰਦਰ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਥੇ ਕੇਵਲ ਨਵਜੋਤ ਸਿੰਘ ਸਿੱਧੂ ਜਿਹੜੇ ਆ ਅਜਿਹੇ ਬੰਦੇ ਸੀਗੇ ਜਿਨ੍ਹਾਂ ਨੇ ਆਪਣੀ ਸਰਕਾਰ ਨੂੰ ਝੋਲੀ ਅੱਡ ਕੇ ਇਹ ਗੱਲ ਕਹੀ ਸੀ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਲਓ ਜਿਹੜੇ ਪੰਜਾਬ ਦੇ ਦੋਖੀ ਨੇ ਉਹਨਾਂ ਨੂੰ ਤੁਸੀਂ ਫੜ ਲੋ ਝੋਲੀ ਆ ਡੱਡ ਕੇ ਨਵਜੋਤ ਸਿੰਘ ਸਿੱਧੂ ਨੇ ਉੱਥੇ ਇਨਸਾਫ ਜਿਹੜਾ ਆਪਣੀ ਸਰਕਾਰ ਤੋਂ ਮੰਗਿਆ ਸੀਗਾ ਤੇ ਉਸ ਤੋਂ ਬਾਅਦ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਨੇ ਵਾਅਦਾ ਤਾਂ ਕੀਤਾ ਪਰ ਉਹ ਤੇ ਖਰੇ ਨਹੀਂ ਜਿਹੜੇ ਆ ਉਹ ਉਤਰ ਸਕੇ ਲਗਭਗ ਉਹੀ ਤਸਵੀਰ ਜਿਹੜੀ ਆ ਕੱਲ ਨੂੰ ਵਿਧਾਨ ਸਭਾ ਦੇ ਅੰਦਰ ਵਾਪਰ ਸਕਦੀ ਹੈ ਕਿਉਂਕਿ ਇੱਕੋ ਇੱਕ ਮੁੱਦਾ ਜਿਹਨੂੰ ਲੈ ਕੇ ਚੱਲ ਰਹੇ ਨੇ ਕੁਮਰ ਵਿਜੇ ਪ੍ਰਤਾਪ ਕਿ ਚਾਹੇ ਉਹ ਇੱਕ ਬਿਆਦਬੀ ਦਾ ਹੋਵੇ ਚਾਹੇ ਉਹ ਗੋਲੀ ਕਾਂਡਾਂ ਦਾ ਹੋਵੇ ਇਹਨਾਂ ਮੁੱਦਿਆਂ ਨੂੰ ਅੱਗੇ ਲੈ ਕੇ ਸਿਰਫ ਔਰ ਸਿਰਫ ਜੇਕਰ ਹੁਣ ਇੱਕੋ ਹੀ ਬੰਦਾ ਜੇ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਤਾਂ ਉਹ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਤਾਂ ਉਹ ਜਿਹੜਾ ਹੈਗਾ ਕੁਮਰ ਵਿਜੇ ਪ੍ਰਤਾਪ ਆ ਉਸ ਨੇ ਸਿਰਫ ਮੁੱਦੇ ਨਹੀਂ ਲੈ ਕੇ ਚੱਲੇ ਉਸ ਨੇ ਬੜੀ ਵੱਡੀ ਕੁਰਬਾਨੀ ਵੀ ਦਿੱਤੀ ਜਿਹਦੇ ਕਰਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਉਹਨਾਂ ਨੂੰ 골ਡ ਮੈਡਲ ਦੇ ਨਾਲ ਸਨਮਾਨ ਵੀ ਜਿਹੜਾ ਉਹ ਕੀਤਾ ਗਿਆ ਸੀ ਉਹਨਾਂ ਨੇ ਇਨਾਂ ਦੇ ਮੁੱਦਿਆਂ ਦੇ ਇਹੀ ਕਰਕੇ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦਿਆਂ ਦੇ ਕਰਕੇ ਹੀ ਆਪਣੀ ਆਈਜੀ ਦੀ ਨੌਕਰੀ ਛੱਡੀ ਆਈਜੀ ਦੀ ਨੌਕਰੀ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਇਹ ਐਮਐਲਏ ਜਿਹੜੇ ਆਮ ਤੁਰੇ ਫਿਰਦੇ ਆ ਇਹ ਤਾਂ ਕਿਸੇ ਆਈਜੀ ਨੂੰ ਫੋਨ ਲਾਉਣ ਦੀ ਜ਼ਰੂਰਤ ਤੱਕ ਨਹੀਂ ਕਰਦੇ ਤੇ ਉਹਨੇ ਆਈਜੀ ਦੀ ਕੁਰਸੀ ਛੱਡ ਕੇ ਐਮਐਲਏ ਆਇਆ ਉਹਨੂੰ ਇਹ ਸੀ ਮੈਂ ਸਿਸਟਮ ਦੇ ਵਿੱਚ ਵੜ ਜਾਵਾਂ ਅਫਸਰ ਸ਼ਾਹੀ ਦੇ ਤੌਰ ਤੇ ਅਫਸਰ ਸ਼ਾਹੀ ਇੰਨਾ ਕੁ ਥੱਲੇ ਲੱਗ ਚੁੱਕੀ ਆ ਸਰਕਾਰਾਂ ਦੇ ਅੰਦਰ ਕਿ ਮੈਂ ਇਸ ਤਰੀਕੇ ਦੇ ਨਾਲ ਇਸ ਕੁਰਸੀ ਤੇ ਬੈਠ ਕੇ ਸ਼ਾਇਦ ਇਸ ਜੀ ਦਾ ਇਨਸਾਫ ਨਹੀਂ ਕਰ ਸਕਦਾ ਮੈਂ ਸਿਸਟਮ ਦੇ ਵਿੱਚ ਜਾਵਾਂ ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਉਹਨੂੰ ਆਪਣੀ ਪਾਰਟੀ ਦੇ ਵਿੱਚ ਲਿਆ ਇਸ ਮੁੱਦੇ ਤੇ ਪੂਰਾ ਉਹਨੂੰ ਕਮਾਇਆ ਇਸ ਮੁੱਦੇ ਦਾ ਪੂਰਾ ਫਾਇਦਾ ਚੱਕਿਆ 24 ਘੰਟਿਆਂ ਤੱਕ ਦਾ ਅਰਵਿੰਦ ਕੇਜਰੀਵਾਲ ਕਹਿੰਦੇ ਹੁੰਦੇ ਸੀਗੇ ਕਿ 24 ਘੰਟਿਆਂ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਇਨਸਾਫ ਹੋ ਸਕਦਾ ਪਰ ਹੁਣ ਤਕਰੀਬਨ 100 ਦਿਨ ਜਿਹੜੇ ਪੂਰੇ ਹੋ ਚੁੱਕੇ ਨੇ ਸਰਕਾਰ ਦੇ ਪਰ ਫਿਰ ਵੀ ਜਿਹੜਾ ਇਨਸਾਫ ਨਹੀਂ ਮਿਲ ਸਕਿਆ ਸਮੇਂ-ਸਮੇਂ ਤੇ ਕੁਮਰ ਵਿਜੇ ਪ੍ਰਤਾਪ ਨੇ ਪਿਛਲੇ ਦਿਨੀ ਜਿਹੜੇ ਸਵਾਲ ਵੀ ਚੱਕੇ ਪੋਸਟ ਪਾਈ ਗਈ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਜਿਹੜੀ ਹੈ ਉਹਨਾਂ ਅਫਸਰਾਂ ਨੂੰ ਅੱਗੇ ਲਾ ਕੇ ਚੱਲ ਰਹੀ ਹੈ ਉਹਨਾਂ ਅਫਸਰਾਂ ਦੀਆਂ ਨਿਯੁਕਤੀਆਂ ਕਰ ਰਹੀ ਹੈ ਜਿਹੜੇ ਅਫਸਰ ਇਹਨਾਂ ਮੁੱਦਿਆਂ ਦੇ ਉੱਪਰ ਜਿਹੜੇ ਅ ਅੜਿੱਕਾ ਬਣੇ ਰਹੇ ਇਨਸਾਫ ਦਿਵਾਉਣ ਦੇ ਲਈ ਖਾਸ ਤੌਰ ਤੇ ਉਹਨਾਂ ਨੇ ਇੱਕ ਡੀਜੀਪੀ ਲੈਵਲ ਦੇ ਅਧਿਕਾਰੀ ਤੇ ਸਵਾਲ ਚੁੱਕੇ ਪ੍ਰਬੋਧ ਕੁਮਾਰ ਹੋਣਾ ਤੇ ਔਰ ਨਾਲ ਹੀ ਨਾਲ ਸਵਾਲ ਜਿਹੜੇ ਉਹਨਾਂ ਨੇ ਚੁੱਕੇ ਸੀਗੇ ਅਰੁਣਪਾਲ ਜਿਹੜੇ ਕਿ ਸੀਪੀ ਕਮਿਸ਼ਨਰ ਆਫ ਪੁਲਿਸ ਜਿਹੜੇ ਆ ਅਮਰਸਰ ਦੇ ਲੱਗੇ ਹੋਏ ਨੇ ਉਹਨਾਂ ਤੇ ਉਹਨਾਂ ਨੇ ਜਿਹੜੇ ਆ ਉਹ ਸਵਾਲ ਚੁੱਕੇ ਸੀ ਬਜਾਏ ਇਸ ਦੀ ਕਿ ਉਹਨਾਂ ਅਫਸਰਾਂ ਨੂੰ ਬਦਲਣ ਦੇ ਬਜਾਏ ਇਸ ਦੇ ਉਹਨਾਂ ਅਫਸਰਾਂ ਨੂੰ ਬਦਲਣ ਦੇ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਕੁਮਰ ਵਿਜੇ ਪ੍ਰਤਾਪ ਦੇ ਉੱਪਰ ਉਹਨਾਂ ਤੋਂ ਕੁਝ ਹੀ ਮਿੰਟਾਂ ਬਾਅਦ ਉਹ ਪੋਸਟਰ ਦੇ ਵਿੱਚੋਂ ਉਹਨਾਂ ਅਫਸਰ ਦੀਆਂ ਤਨਾਤੀਆਂ ਵਾਲੀਆਂ ਜਿਹੜੀਆਂ ਲਾਈਨਾਂ ਉਹ ਡਿਲੀਟ ਕਰਵਾ ਦਿੱਤੀਆਂ ਗਈਆਂ ਫਿਰ ਕੁਮਰ ਵਿਜੇ ਪ੍ਰਤਾਪ ਚੁੱਪ ਨਹੀਂ ਰਹੇ ਫਿਰ ਉਹਨਾਂ ਨੇ ਜਾ ਕੇ ਇੱਕ ਅਰਜੀ ਪਾਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਪਾਰਟੀ ਬਣਾਇਆ ਜਾਵੇ ਸਾਡੀ ਸਰਕਾਰ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਸਾਡੀ ਸਰਕਾਰ ਦੇ ਵੱਲੋਂ ਪੈਰਵਾਈ ਜਿਹੜੀ ਉਹ ਨਹੀਂ ਹੋ ਰਹੀ ਮੈਨੂੰ ਇਹ ਗੱਲ ਕਹਿੰਦੇ ਉਹ ਪਤਾ ਲੱਗੀ ਹੈ ਕਿ ਇਹਨਾਂ ਬਿਆਦਵੀ ਅਤੇ ਗੋਲੀ ਕਾਢ ਦੇ ਮਾਮਲਿਆਂ ਦੀ ਜਿਹੜੀ ਪੈਰਵਾਈ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ ਫਿਰ ਵੀ ਉਹਨਾਂ ਤੇ ਕੁਝ ਨਹੀਂ ਹੋਇਆ ਪਿਛਲੇ ਦਿਨੀ ਸੰਗਰੂਰ ਚੌਂ ਦੇ ਅੰਦਰ ਫਿਰ ਕੁਮਰ ਵਿਜੇ ਪ੍ਰਤਾਪ ਨੇ ਲੋਕਾਂ ਦੇ ਵਿੱਚ ਖੜ ਕੇ ਕਿਹਾ ਕਿ ਮੈਂ ਲਗਾਤਾਰ ਇਸ ਮੁੱਦੇ ਤੇ ਆਵਾਜ਼ ਚੱਕ ਰਿਆਂ ਮੈਂ ਲਗਾਤਾਰ ਇਹਨਾਂ ਮੁੱਦਿਆਂ ਦੇ ਉੱਪਰ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਿਆਂ ਮੈਂ ਲਗਾਤਾਰ ਉਹਨਾਂ ਅਫਸਰਾਂ ਦੀਆਂ ਤਣਾਤੀਆਂ ਤੇ ਨਾਰਾਜ਼ਗੀ ਜ਼ਾਹਰ ਕਰ ਰਿਆਂ ਮੈਂ ਭਗਵੰਤ ਮਾਨ ਨੂੰ ਵੀ ਚਿੱਠੀ ਲਿਖੀ ਆ ਮੈਂ ਅੱਗੇ ਵੀ ਚਿੱਠੀ ਲਿਖੀ ਆ ਆ ਪਿਛਲੇ ਦਿਨੀ ਚੋਣ ਦੇ ਦੌਰਾਨ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਲੋਕਾਂ ਦੇ ਵਿੱਚ ਖੜ ਕੇ ਜਿਹੜੀ ਇਹ ਗੱਲ ਕਹੀ ਸੀ ਪਰ ਹਾਰੇ ਤੱਕ ਸਰਕਾਰ ਦੇ ਕਰਨ ਤੇ ਜੂ ਜਿਹੜੀ ਆ ਸਰਕ ਦੀ ਨਜ਼ਰ ਨਹੀਂ ਆ ਰਹੀ ਤੇ ਅੱਜ ਕੁਮਰ ਵਿਜੇ ਪ੍ਰਤਾਪ ਵਿਧਾਨ ਸਭਾ ਸੈਸ਼ਨ ਦੇ ਅੰਦਰ ਖੜੇ ਹੋਏ ਉਹਨਾਂ ਨੇ ਆਪਣਾ ਸਵਾਲ ਨੋਟ ਕਰਵਾਇਆ ਇਸ ਸਪੀਕਰ ਨੇ ਉਹਨਾਂ ਦੇ ਸਵਾਲ ਤੇ ਇਹ ਗੱਲ ਕਹਿ ਦਿੱਤੀ ਕਿ ਕੱਲੋਂ ਤੁਹਾਡੇ ਇਸ ਸਵਾਲ ਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਕੱਲੋਂ ਇਸ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾਊਗਾ ਹਾਲਾਂਕਿ ਸਵਾਲ ਕੀ ਹੈ ਉਹ ਕੱਲੋਂ ਪਤਾ ਲੱਗ ਜਾਣਾ ਹੈ ਪਰ ਜੋ ਜੋ ਕਨਸੂਆਂ ਨੇ ਜੋ ਗੱਲਬਾਤ ਹੈ ਉਹ ਇਹ ਹੀ ਹੈ ਕਿ ਸ਼ਾਇਦ ਕੁਮਰ ਵਿਜੇ ਪ੍ਰਤਾਪ ਕੱਲ ਇਹਨਾਂ ਮਾਮਲਿਆਂ ਦੇ ਉੱਪਰ ਜਿਵੇਂ ਨਵਜੋਤ ਸਿੰਘ ਸਿੱਧੂ ਝੋਲੀ ਅਟਕੇ ਇਨਸਾਫ ਮੰਗਦੇ ਹੁੰਦੇ ਸੀ ਆਪਣੀ ਸਰਕਾਰ ਤੋਂ ਉਸੇ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਕੁਮਰ ਵਿਜੇ ਪ੍ਰਤਾਪ ਜਿਹੜੇ ਆ ਉਹ ਆਪਣੀ ਸਰਕਾਰ ਤੋਂ ਕੱਲ ਇਹਨਾਂ ਮੁੱਦੇ ਚੱਕ ਕੇ ਹੀ ਜਿਹੜੇ ਆ ਉਹ ਸਵਾਲ ਚੱਕ ਦੇ ਨਜ਼ਰ ਆਉਣਗੇ ਇਹ ਜਿਹੜੀਆਂ ਗੱਲਾਂ ਹੋ ਸਕਦਾ ਹੈ ਕਿੰਸੋਆਂ ਜਿਹੜੀਆਂ ਉਹ ਹੈਗੀਆਂ ਨੇ ਕਿ ਸ਼ਾਇਦ ਕੁਮਰ ਵਿਜੇ ਪ੍ਰਤਾਪ ਜਿਹੜੇ ਆ ਉਹ ਕੱਲ ਨੂੰ ਸਵਾਲ ਜਿਹੜੇ ਉਹ ਚੁੱਕਣਗੇ ਸ਼ਾਇਦ ਕੁਮਰ ਵਿਜੇ ਪ੍ਰਤਾਪ ਜਿਹੜੇ ਆ ਕੱਲ ਨੂੰ ਆਪਣੀ ਸਰਕਾਰ ਨੂੰ ਇਹ ਸਵਾਲੇ ਪਾਸੇ ਧਿਆਨ ਦੇਣ ਦੀ ਜਿਹੜੀ ਆ ਉਹ ਜਰੂਰ ਕੋਸ਼ਿਸ਼ ਜਿਹੜੀ ਆ ਉਹ ਕਰਨਗੇ ਤਾਂ ਕੱਲ ਨੂੰ ਵਿਧਾਨ ਸਭਾ ਦੇ ਅੰਦਰ ਹੋ ਸਕਦਾ ਹੈ ਕਿ ਬਿਆਦਮੀਆਂ ਅਤੇ ਗੋਲੀ ਕਾਂਡਾਂ ਦਾ ਮੁੱਦਾ ਜਿਹੜਾ ਉਹ ਗੂੰਜ ਜਾਵੇ ਹੋ ਸਕਦਾ ਹੈ ਕਿ ਕੱਲ ਨੂੰ ਜਿਹੜਿਆ ਕੁੰਬਰ ਵਿਜੇ ਪ੍ਰਤਾਪ ਵੱਡਾ ਧਮਾਕਾ ਜਿਹੜਾ ਉਹ ਕਰ ਦੇਣ ਸਰਕਾਰ ਦੇ ਲਈ ਹੋ ਸਕਦਾ ਹੈ ਕਿ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਨੇ ਪਰ ਸ਼ਾਇਦ ਸਰਕਾਰ ਇਸ ਚੀਜ਼ ਨੂੰ ਮੁਸ਼ਕਿਲਾਂ ਨਾ ਸਮਝਦੇ ਹੋਏ ਸਗੋਂ ਆਪਣੇ ਵਿਧਾਇਕ ਦੀ ਜਿਹੜੀ ਉਹਨਾਂ ਦੀ ਇੱਕ ਵਧੀਆ ਗੱਲ ਸਮਝਦੇ ਹੋਏ ਉਸ ਦੇ ਉੱਪਰ ਅੱਗੇ ਕਾਰਵਾਈ ਜਿਹੜੀ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਨਾ ਕਿ ਉਸ ਨੂੰ ਮੁਸੀਬਤ ਸਮਝ ਕੇ ਕੁਮਰ ਵਿਜੇ ਪ੍ਰਤਾਪ ਦੇ ਨਾਲ ਈਰਖਾ ਕਰਨੀ ਚਾਹੀਦੀ ਹੈ ਸਗੋਦੀ ਉਸਤੇ ਉਹਨਾਂ ਦੇ ਇਸਲਾਹ ਨੂੰ ਮੰਨ ਕੇ ਜੇ ਕੱਲੋਂ ਉਹ ਇਹ ਮੁੱਦਾ ਚੱਕਦੇ ਆ ਤਾਂ ਹੋ ਸਕਦਾ ਹੈ ਕਿ ਕੱਲੋਂ ਉਹ ਮੁੱਦਾ ਚੱਕਣ ਤੋਂ ਬਾਅਦ ਜਿਹੜੇ ਭਗਵੰਤ ਸਿੰਘ ਮਾਨ ਹੋਣੀ ਆ ਅੱਗੇ ਕੋਈ ਕਾਰਵਾਈ ਕਰ ਲੈਣ ਪਰ ਇਹ ਜ਼ਰੂਰ ਹੈ ਕਿ ਸ਼ਾਇਦ 100% ਵਿਸ਼ਵਾਸ ਨਾਲ ਦੇਖਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਸੋਹਿਰਦ ਨੇ ਕੁੰਮਰ ਵਿਜੇ ਪ੍ਰਤਾਪ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਲਗਾਤਾਰ ਇਹਨਾਂ ਮੁੱਦਾਂ ਦੇ ਉੱਤੇ ਲੱਗੇ ਹੋਏ ਨੇ ਕਿ ਸ਼ਾਇਦ ਪਹਿਲੇ ਬਜਟ ਦੇ ਵਿੱਚ ਬਜਟ ਸੈਸ਼ਨ ਦੇ ਵਿੱਚ ਹੋ ਸਕਦਾ ਹੈ ਕਿ ਕੁੰਮਰ ਵਿਜੇ ਪ੍ਰਤਾਪ ਜਿਹੜੇ ਆ ਕੱਲ ਨੂੰ ਇਹ ਮੁੱਦਾ ਚੱਕ ਲੈਣ ਹੋ ਸਕਦਾ ਨਾ ਵੀ ਚੱਕਣ ਪਰ ਆਸਾਂ ਉਹਨਾਂ ਤੋਂ ਇਹੀ ਨੇ ਔਰ ਵਿਸ਼ਵਾਸ ਵੀ ਇਹੀ ਹੈ ਲੋਕਾਂ ਦਾ ਕਿ ਸ਼ਾਇਦ ਉਹ ਇਹੀ ਮੁੱਦਾ ਜਿਹੜਾ ਬਜਟ ਸੈਸ਼ਨ ਦੇ ਵਿੱਚ ਜਰੂਰ ਜਿਹੜਾ ਚੱਕਣਗੇ ਕਿਉਂਕਿ ਗੱਲ ਇਹ ਹੈ ਕਿਉਂਕਿ ਨਾ ਤਾਂ ਉਹਨਾਂ ਦੀ ਪੋਸਟ ਦੇ ਬਾਰੇ ਸੁਣੀ ਗਈ ਨਾ ਤਾਂ ਚਿੱਠੀ ਬਾਰੇ ਸੁਣੀ ਗਈ ਨਾ ਭਾਸ਼ਣ ਦੇ ਵਿੱਚ ਗੱਲ ਕਹੀ ਤੋਂ ਸੁਣੀ ਗਈ ਤਾਂ ਹੋ ਸਕਦਾ ਹੈ ਕਿ ਹੁਣ ਸਾਰੇ ਪੰਜਾਬ ਦੇ ਲੀਡਰਾਂ ਦੇ ਵਿੱਚ ਉਹ ਜਿਹੜੀ ਗੱਲ ਖੜ ਕੇ ਕੱਲ ਨੂੰ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਹਿਣ ਕਿ ਇਹ ਸ਼ਾਇਦ ਉਸ ਤੋਂ ਬਾਅਦ ਸਾਰੀ ਸਿਆਸਤ ਦਾ ਧਿਆਨ ਉਧਰ ਦੁਬਾਰਾ ਉਹਨਾਂ ਮੁੱਦਿਆਂ ਤੇ ਆ ਜਾਵੇ ਪਰ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਸ਼ਾਇਦ ਇਹ ਨਾ ਵੀ ਸੋਚਦੇ ਹੋਣ ਕਿ ਇਦਾਂ ਨਹੀਂ ਹੋਊਗਾ ਮੈਂ ਇਹ ਵੀ ਫੇਰ ਵੀ ਦੱਸ ਦੇਣਾ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੋਣਾ ਕਿ ਅਜਿਹੀ ਗੱਲਬਾਤ ਹੋਈ ਆ ਇਸ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਸਰਕਾਰ ਦੇ ਲਈ ਪਿਛਲੀ ਸਰਕਾਰ ਦੇ ਵਿੱਚ ਆਪਣੀ ਸਰਕਾਰ ਦੇ ਅੱਗੇ ਝੂਲੀ ਅੱਡ ਕੇ ਇਨ੍ਹਾਂ ਹੀ ਮੁੱਦਿਆਂ ਦੇ ਉੱਪਰ ਜਿਹੜੀ ਹੈ ਉਹ ਅਪੀਲ ਕੀਤੀ ਸੀਗੀ ਕਿ ਇਨ੍ਹਾਂ ਪੂਰੇ ਮਾਮਲਿਆਂ ਦੇ ਉੱਪਰ ਜਿਹੜਾ ਸਾਨੂੰ ਇਨਸਾਫ ਜਿਹੜਾ ਉਹ ਦਵਾਇਆ ਜਾਵੇ ਪਰ ਸ਼ਾਇਦ ਉਹ ਮੁੱਦੇ ਜਿਹੜੇ ਉਹ ਸਿਰਫ ਉਹ ਸਿਰਫ ਵਿਧਾਨ ਸਭਾ ਦੇ ਅੰਦਰ ਫੁਟੇਜ ਬਣ ਕੇ ਰਹਿ ਗਏ ਨਵਜੋਤ ਸਿੰਘ ਸਿੱਧੂ ਦੇ ਉਹਨਾਂ ਦੇ ਮੁੱਦਿਆਂ ਦੇ ਉੱਪਰ ਜਿਹੜੇ ਉਹ ਗੌਰ ਨਹੀਂ ਕੀਤੀ ਗਈ ਤਾਂ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਕਾਂਗਰਸ 18 ਸੀਟਾਂ ਤੇ ਸਿਮਟ ਕੇ ਜਿਹੜੀ ਆ ਉਹ ਰਹਿ ਗਈ ਹੈ ਤਾਂ ਅਗਲੀ ਖਬਰ ਜਿਹੜੀ ਗੱਲ ਹੈ ਅਗਲੀ ਖਬਰ ਆਪਾਂ ਕਰ ਲੈਨੇ ਆ ਨਵਜੋਤ ਸਿੰਘ ਸਿੱਧੂ ਦੇ ਸਬੰਧ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਸਬੰਧ ਦੇ ਵਿੱਚ ਇਹ ਹੈ ਕਿ ਜੇਲ੍ਹ 'ਚ ਬੈਠੇ ਨਵਜੋਤ ਸਿੰਘ ਸਿੱਧੂ ਨੂੰ ਮਨੀਸ਼ਤ Tiwari ਗਏ ਸੀ ਮੈਂ ਚਾਹੁੰਦਾ ਕਿ ਇੱਕ ਟਵੀਟ ਮਨੀਸ਼ਤ Tiwari ਹੋਣਾ ਦਾ ਜਿਹੜਾ ਉਹ ਦਿਖਾਇਆ ਜਾਵੇ ਇਹ ਉਹ ਟਵੀਟ ਆ ਜਿਹਦੇ ਵਿੱਚ ਦੱਸਦੇ ਨੇ ਕਿ ਪਟਿਆਲਾ ਕੇਂਦਰੀ ਜੇਲ੍ਹ 'ਚ ਨਵਜੋਤ ਸਿੱਧੂ ਨਾਲ ਇੱਕ ਘੰਟਾ ਜਿਹੜਾ ਬਤਾਇਆ ਉਹਨਾਂ ਦੇ ਪਿਤਾ ਭਗਵੰਤ ਸਿੰਘ ਸਿੱਧੂ ਅਤੇ ਮੇਰੇ ਪਿਤਾ ਡਾਕਟਰ ਵੀ ਐਨ Tiwari ਚੰਗੇ ਦੋਸਤ ਸਨ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਇਹ ਦੇਖ ਕੇ ਚੰਗਾ ਲੱਗਿਆ ਕਿ ਉਹਨਾਂ ਨੇ ਮੁਸ਼ਕਲ ਸਮੇਂ ਦੇ ਵਿੱਚ ਵੀ ਹਿੰਮਤ ਜਿਹੜੀ ਹੈ ਉਹ ਨਹੀਂ ਹਾਰੀ ਤਾਂ ਮਨੀਸ਼ ਤਵਾੜੀ ਬੇਸ਼ੱਕ ਸਿਆਸੀ ਤੌਰ ਤੇ ਤਾਂ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਨੂੰ ਪਿਛਲੇ ਸਮੇਂ ਦੇ ਵਿੱਚ ਨਹੀਂ ਦਿੱਤੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੀ ਜਿਹੜੇ ਮਨੀਸ਼ ਤਵਾੜੀ ਉਹ ਬੋਲਦੇ ਰਹੇ ਨੇ ਪਰ ਇੱਕ ਗੱਲ ਵੱਖਰੀ ਹੈ ਕਿ ਤੁਸੀਂ ਵਿਰੋਧੀ ਹੋਵੋ ਪਰ ਦੁੱਖ ਸੁੱਖ ਦੇ ਵਿੱਚ ਇੱਕ ਦੂਜੇ ਦੇ ਨਾਲ ਜੇ ਤੁਸੀਂ ਖੜਦੇ ਹੋ ਤਾਂ ਉਹ ਜਿਹੜੀ ਇੱਕ ਚੰਗੀ ਗੱਲ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਦੁੱਖ ਸੁੱਖ ਕਿਸੇ ਤੇ ਵੀ ਆ ਸਕਦਾ ਹੈ ਔਰ ਉਹ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਨੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਅਜ ਪਟਿਆਲਾ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਇੱਕ ਘੰਟੇ ਦੇ ਕਰੀਬਨ ਜਿਹੜੀ ਇਹ ਮੁਲਾਕਾਤ ਜਿਹੜੀ ਉਹ ਹੋਈ ਹੈ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਔਰ ਉਹਨਾਂ ਦੇ ਪਿਤਾ ਜੀ ਚੰਗੇ ਦੋਸਤ ਸੀਗੇ ਤਾਂ ਇੱਕ ਜਿਹੜੀ ਅਹਿਮ ਗੱਲ ਜਿਹੜੀ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਕਹਿੰਦੇ ਰਹੇ ਹਾਂ ਕਿ ਬੇਸ਼ੱਕ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਜੇਲ੍ਹ ਦੇ ਵਿੱਚ ਹੋਣ ਬੇਸ਼ੱਕ ਨਵਜੋਤ ਸਿੰਘ ਸਿੱਧੂ ਪਿਛਲੇ 1 ਮਹੀਨੇ ਤੋਂ ਜਿਹੜਾ ਉਹ ਜੇਲ੍ਹ ਦੇ ਵਿੱਚ ਹੋਣ ਪਰ ਉਹਨਾਂ ਦੀ ਜਿਹੜੀ ਇੱਕ ਬਾਡੀ ਲੈਂਗੁਏਜ ਹੈ ਜਾਂ ਆਪਾਂ ਮਾਨਸਿਕ ਤੌਰ ਤੇ ਵੀ ਮੈਂ ਕਹਾਂ ਉਹ ਪੂਰਨ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਸਟਰੋਂਗ ਨੇ ਤੇ ਉਥੇ ਉਹਨਾਂ ਨੇ ਕਿਸੇ ਵੀ ਤਰੀਕੇ ਦੀ ਜਿਹੜੀ ਢੇਰੀ ਨਹੀਂ ਟਾਈ ਹੋਈ ਉਹ ਪੂਰੇ ਤਰੀਕੇ ਦੇ ਨਾਲ ਸੇਤ ਯਾਬ ਜਾਂ ਆਪਾਂ ਕਹਿ ਦਈਏ ਕਿ ਪੂਨ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਥੇ ਹੈਗੇ ਤਾਂ ਉਹੀ ਗੱਲ ਹੁਣ ਮਨੀਸ਼ ਟਵਾੜੀ ਹੋਰਾਂ ਨੇ ਬਾਹਰ ਆ ਕੇ ਕਹੀ ਹੈ ਕਿ ਦੇਖ ਕੇ ਚੰਗਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਚੜ੍ਹਦੀ ਕਲਾ ਦੇ ਵਿੱਚ ਜੀਲ ਦੇ ਵਿੱਚ ਹੈਗੇ ਨੇ ਹਾਲਾਂਕਿ 1 ਮਹੀਨੇ ਦਾ ਸਮਾਂ ਜਿਹੜਾ ਹੋ ਚੁੱਕਿਆ ਤੇ ਰੋਲ ਰੇਜ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਜਿਹੜੀ ਹੈ 1 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ ਤੇ ਹੋ ਸਕਦਾ ਹੈ ਕਿ ਹੁਣ ਜਿਹੜੀਆਂ ਆ ਛੁੱਟੀਆਂ ਕੋਰਟ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਸ਼ਾਇਦ ਜਿਹੜੇ ਨਵਜੋਤ ਸਿੰਘ ਸਿੱਧੂ ਦਾ ਕੋਈ ਲੀਗਲ ਸੈੱਲ ਹੈ ਲੀਗਲ ਟੀਮ ਹੈ ਉਹ ਉਹਨਾਂ ਦੀ ਜ਼ਮਾਨਤ ਦੇ ਲਈ ਜਾਂ ਉਹਨਾਂ ਨੂੰ ਰਾਹਤ ਦਿਵਾਉਣ ਦੇ ਲਈ ਕੋਈ ਅੱਗੇ ਸੁਪਰੀਮ ਕੋਰਟ ਦੇ ਵਿੱਚ ਕਿਉਰੀਟੇ ਪਟੀਸ਼ਨ ਜਾਂ ਕੁਝ ਹੋਰ ਤਰੀਕੇ ਦੇ ਜਿਹੜੀ ਆ ਅਪੀਲ ਜਿਹੜੀ ਆ ਉਹ ਕਰ ਸਕਦੇ ਆ ਪਰ ਫਿਲਹਾਲ ਮਨੀਸ਼ ਤਵਾੜੀ ਦੇ ਵੱਲੋਂ ਜਿਹੜੀ ਬਾਹਰ ਆ ਕੇ ਖਬਰ ਦੱਸੀ ਗਈ ਹੈ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਦੇ ਵਿੱਚ ਬੈਠਿਆਂ ਦੀ ਉਹ ਜਿਹੜੀ ਰਾਹਤ ਵਾਲੀ ਜ਼ਰੂਰ ਹੈਗੀ ਆ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦੇ ਲਈ ਨਵਜੋਤ ਸਿੰਘ ਸਿੱਧੂ ਦੇ ਸਾਥੀਆਂ ਦੇ ਲਈ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਦੇ ਲਈ ਨਵਜੋਤ ਸਿੰਘ ਸਿੱਧੂ ਦੇ ਚੋਣ ਵਾਲਿਆਂ ਦੇ ਲਈ ਇਹ ਜਿਹੜੀ ਰਾਹਤ ਦੀ ਖਬਰ ਜਿਹੜੀ ਜ਼ਰੂਰ ਹੈਗੀ ਆ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਬੈਠੇ ਹੋਏ ਜਿਹੜੇ ਆ ਉਹ ਚੜ੍ਹਦੀ ਕਲਾ ਦੇ ਵਿੱਚ ਉਹ ਹੈਗੇ ਆ ਤਾਂ ਇਹ ਜਿਹੜੀਆਂ ਅੱਜ ਦੀਆਂ ਖਬਰਾਂ ਸੀ ਜਿਨ੍ਹਾਂ ਦੇ ਉੱਪਰ ਅਸੀਂ ਵਿਸਤਾਰਪੂਰਵਕ ਚਰਚਾ ਕੀਤੀ ਹੈ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਇਹ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ